ਨਸ਼ਾ ਸਮਗਲਰ ਅਤੇ ਮਾਡੀਅੰਸਰਾਂ ਦੇ ਖਿਲਾਫ ਜਿਹੜੀ ਆਪਾਂ ਕੰਪੇਨ ਜਿਹੜੀ ਸ਼ੁਰੂ ਕੀਤੀ ਆ ਉਹਨੂੰ ਇੱਕ ਬੜਾ ਵਧੀਆ ਸਕਸੈਸ ਹਾਸਲ ਹੋਇਆ। ਸਾਡੇ SOG ਓਪਰੇਸ਼ਨ ਯੂਨਿਟ ਜਿਹੜਾ ਸਪੈਸ਼ਲ ਓਪਰੇਸ਼ਨ ਯੂਨਿਟ ਆ ਉਹਦੇ ਇੰਚਾਰਜ ਅਸੀਂ ਅਸ਼ੋਕ ਕੁਮਾਰ, ਇਹਨਾਂ ਨੇ ਜਿਹੜਾ ਇੱਕ ਓਪਰੇਸ਼ਨ ਪਲੈਨ ਕੀਤਾ। ਓਪਰੇਸ਼ਨ ਦੇ ਦੌਰਾਨ ਇਹਨਾਂ ਨੇ ਇੱਕ ਜਿਹੜਾ ਕਰੇਟਾ ਗੱਡੀ ਜਿਹੜਾ ਉਹਨੂੰ ਜਿਹੜਾ ਇਹਨਾਂ ਨੇ ਇੰਟਰਸੈਪਟ ਕੀਤਾ। ਉਹਦੇ ਵਿੱਚ ਦੋ ਜਣੇ ਸੀਗੇ, ਇੱਕ ਦਵਿੰਦਰ ਸੀਗਾ ਇੱਕ ਗੁਰਪ੍ਰੀਤ ਸੀਗੇ, ਦੋਨੇ ਲੁਧਿਆਣੇ ਦੇ ਰਹਿਣ ਵਾਲੇ ਆ। ਜਦੋਂ ਉਹਨਾਂ ਦੀ ਜਿਹੜੀ ਤਲਾਸ਼ੀ ਕੀਤੀ ਤਾਂ ਇਹਨਾਂ ਕੋਲੋਂ ਜਿਹੜੀ 1 ਕਿਲੋਗ੍ਰਾਮ ਜਿਹੜੀ ਓਪੀਅਮ ਜਿਹੜੀ ਉਹ ਰਿਕਵਰ ਹੋਈ। ਇਹਨਾਂ ਤੋਂ ਫਰਦਰ ਜਿੱਦਾਂ ਇਹਨਾਂ ਦੀ ਅੱਗੇ ਬੈਕਵਰਡ ਅਤੇ ਫਾਰਵਰਡ ਲਿੰਕੇਜ 'ਤੇ ਜਦੋਂ ਵਰਕਆਊਟ ਕੀਤਾ ਅਤੇ ਉਹਦੇ ਵਿੱਚ ਸਾਨੂੰ ਇੱਕ ਕੁਲਦੀਪ ਨਾਂ ਦਾ ਜਿਹੜਾ ਇੱਕ ਹੋਰ ਜਿਹੜਾ ਸਮਗਲਰ ਸੀਗਾ ਜਿਹੜਾ ਕਿ ਦਹੇੜੂ ਪਿੰਡ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਹੈ, ਉਹਦੇ 'ਤੇ ਵੀ ਅਸੀਂ ਉਹਨੂੰ ਵੀ ਇਹਦੇ ਵਿੱਚ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਉਹਦੇ ਕੋਲ ਜਿਹੜੀ 1 ਕਿਲੋਗ੍ਰਾਮ ਜਿਹੜੀ ਓਪੀਅਮ ਜਿਹੜੀ ਰਿਕਵਰ ਹੋਈ। ਸੋ ਇਨਵੈਸਟੀਗੇਸ਼ਨ ਤੋਂ ਇਹੀ ਆਇਆ ਹੈ ਵੀ ਇਹ ਜਿਹੜੇ ਟਰੱਕ ਡਰਾਈਵਰੀ ਦਾ ਕੰਮ ਕਰਦੇ ਸੀਗੇ, ਇਹ ਉੱਥੋਂ ਬ੍ਰਹਮਪੁਰਾ ਉੜੀਸਾ ਦੇ ਵਿੱਚੋਂ ਲੈ ਕੇ ਆਉਂਦੇ ਸੀ, ਜਿਹੜੀ ਕਿ 4,000 ਰੁਪਏ ਇਹ ਗ੍ਰਾਮ ਲਿਆਉਂਦੇ, ਜਿਹੜੇ ਤੋੜਾ ਲਿਆਉਂਦੇ ਸੀਗੇ, ਇੱਥੇ ਆ ਕੇ 5 ਨੂੰ ਵੇਚ ਦਿੰਦੇ ਸੀਗੇ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਕੰਮ ਕਰ ਰਹੇ ਸੀਗੇ। ਅਸੀਂ ਇਹਨਾਂ 'ਤੇ FIR ਲੌਂਚ ਕਰਕੇ ਅਤੇ ਜਿਹੜੀ ਉਹ ਤਫਤੀਸ਼ ਕਰ ਰਹੇ ਹਾਂ। ਹੁਣ ਅਸੀਂ ਜਿਹੜੀ ਬੈਕਵਰਡ ਅਤੇ ਫਾਰਵਰਡ ਲਿੰਕੇਜ 'ਤੇ ਜਿਹੜਾ ਉਹ ਜਿਹੜਾ ਸਟ੍ਰੈਸ ਪਾਉਣ ਕੀਤਾ ਹੋਇਆ, ਜਲਦੀ ਹੀ ਆਸ ਹੈ ਕਿ ਜਿਹੜੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਆ ਉਹ ਅਸੀਂ ਇਸ ਕੇਸ ਵਿੱਚ ਜਿਹੜਾ ਅਰੈਸਟ ਕਰਾਂਗੇ।